ਜੀਵਨ ਕਾਥਾ ਸੰਤ ਨਿਰੰਕਾਰੀ ਮੰਡਲ ਦੇ ਬ੍ਰह्मलीन ਪ੍ਰਧਾਨ ਪੂਜਨੀਕ ਵੀ.ਡੀ. 나ਗਪਾਲ ਜੀ ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਪੂਜਨੀਕ ਵੀ.ਡੀ. 나ਗਪਾਲ ਜੀ ਅੱਜ ਸਵੇਰੇ 6:30 ਵਜੇ ਆਪਣੇ ਨશ્વਰ ਸਰੀਰ ਨੂੰ ਤਿਆਕ ਕੇ ਨਿਰੰਕਾਰ ਦੇ ਵਿੱਚ ਲੀਨ ਹੋ ਗਏ ਸਤਿਗੁਰੂ ਮਾਤਾ ਸੁਦੀਕsha ਜੀ ਮਹਾਰਾਜ ਦੀ ਅਸੀਮ ਕਿਰਪਾ ਦੇ ਨਾਲ ਕੁਝ ਸਮਾਂ ਪਹਿਲਾਂ 24 ਜੁਲਾਈ ਨੂੰ ਪੂਜਨੀਕ ਵੀਡੀ ਨਾਗਪਾਲ ਜੀ ਨੂੰ ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਦੇ ਰੂਪ ਤੇ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਸੀ। ਸ਼੍ਰੀ ਬੀਸ਼ਨ ਦਾਸ ਨਾਗਪਾਲ ਜੀ ਦਾ ਜਨਮ 4 ਅਕਤੂਬਰ 1934 ਨੂੰ ਮੁਜ਼ਫਰਗੜ ਹੁਣ ਪਾਕਿਸਤਾਨ ਦੇ ਵਿੱਚ ਹੋਇਆ ਸੀ। 1947 ਦੇ ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਭਾਰਤ ਦੇ ਵਿੱਚ ਆ ਕੇ ਗੋਹਾਣਾ ਜ਼ਿਲ੍ਹਾ ਰੋਹਤਕ ਦੇ ਵਿੱਚ ਰਹਿਣ ਲੱਗੇ। ਉਹਨਾਂ ਨੇ ਪੰਜਾਬ ਦੇ ਵਿੱਚ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਅਤੇ PWD ਵਿਭਾਗ ਦੇ ਵਿੱਚ ਲਾਇਲ ਸੁਪਰਡੈਂਟ ਦੇ ਅਹੁਦੇ 'ਤੇ ਸਰਕਾਰੀ ਨੌਕਰੀ ਕੀਤੀ। ਪੂਜਨੀਕ ਨਾਗਪਾਲ ਜੀ ਨੂੰ ਮਿਸ਼ਨ ਦੇ ਤਤਕਾਲੀਨ ਸਤਿਗੁਰੂ ਬਾਬਾ ਅਵਤਾਰ ਸਿੰਘ ਜੀ ਤੋਂ ਜਲੰਧਰ ਵਿਖੇ ਬ੍ਰह्म ਗਿਆਨ ਦੀ ਪ੍ਰਾਪਤੀ ਹੋਈ 1968 ਦੇ ਵਿੱਚ ਉਹਨਾਂ ਨੂੰ ਸੇਵਾਦਲ ਦਾ ਸਿੱਖषक ਬਣਾਇਆ ਗਿਆ ਅਤੇ ਦਿੱਲੀ ਦੇ ਵਿੱਚ ਆਯੋਜਿਤਿਕ 1970 ਦੇ ਇਸ ਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਵਿੱਚ ਉਹਨਾਂ ਨੂੰ ਬ੍ਰह्म ਗਿਆਨ ਪ੍ਰਦਾਨ ਕਰਨ ਦੀ ਮਨਜ਼ੂਰੀ ਦਿੱਤੀ ਗਈ ਉਸ ਦੇ ਉਪਰੰਤ 1971 ਵਿੱਚ ਉਹ ਪੰਜਾਬ ਦੇ ਮੁਕਤ ਸਰਵਿੱਚ ਸੇਵਾ ਦਲ ਦੇ ਸੰਚਾਲਕ ਬਣੇ ਅਤੇ ਉੱਥੇ ਹੀ 1975 ਵਿੱਚ ਉਹਨਾਂ ਨੂੰ ਸੇਵਾ ਦਲ ਦੇ ਖੇਤਰੀ ਸੰਚਾਲਕ ਦੇ ਰੂਪ ਦੇ ਵਿੱਚ ਸੇਵਾ ਪ੍ਰਦਾਨ ਕੀਤੀਆਂ ਗਈਆਂ। ਉਹਨਾਂ ਪੂਰਨ ਸਮਰਪਣ ਅਤੇ ਭਗਤੀ ਭਾਵ ਨੂੰ ਦੇਖਦੇ ਹੋਏ ਸਤਿਗੁਰੂ ਬਾਬਾ ਹਰਦੀਪ ਸਿੰਘ ਜੀ ਨੇ ਉਹਨਾਂ ਨੂੰ ਮਾਰਚ 1987 ਦੇ ਵਿੱਚ ਉਪਮੁੱਖ ਸੰਚਾਲਕ ਪ੍ਰਸ਼ਾਸਨ ਦੇ ਰੂਪ ਦੇ ਵਿੱਚ ਸੇਵਾ ਦਿੱਤੀ। ਸਾਲ 1997 ਦੇ ਵਿੱਚ ਉਹਨਾਂ ਨੂੰ ਭਵਨ ਨਿਰਮਾਣ ਅਤੇ ਦੇਖਪਾਲ ਦੇ ਮੈਂਬਰ ਇਨਚਾਰਜ ਦੇ ਰੂਪ ਦੇ ਵਿੱਚ ਮਨੋਨਿਤ ਕੀਤਾ। ਉਸ ਦੇ ਬਾਅਦ ਸਾਲ 2009 ਤੋਂ ਸੰਤ ਨਿਰੰਕਾਰੀ ਮੰਡਲ ਦੇ ਜਰਨਲ ਸੈਕਟਰੀ ਦੇ ਅਹੁਦੇ ਤੇ ਆਪਣੀਆਂ ਸੇਵਾਵਾਂ ਨੂੰ ਨਿਭਾਉਂਦੇ ਰਹੇ। ਸਾਲ 2018 ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਉਹਨਾਂ ਨੂੰ ਮੰਡਲ ਦੇ ਉਪ ਪ੍ਰਧਾਨ ਦੇ ਰੂਪ ਤੇ ਵੀ ਸੇਵਾਵਾਂ ਪ੍ਰਦਾਨ ਕੀਤੀਆਂ। ਉਹਨਾਂ ਨੂੰ ਜੋ ਵੀ ਸੇਵਾਵਾਂ ਦਿੱਤੀਆਂ ਗਈਆਂ ਉਹਨਾਂ ਸਮਰਪਣ ਅਤੇ ਤਨਦੇਹੀ ਦੇ ਨਾਲ ਨਿਭਾਈਆਂ। ਸ਼੍ਰੀ ਬਿਸ਼ਨ ਦਾਸ ਨਾਗਪਾਲ ਜੀ ਸਮੇਂ-ਸਮੇਂ ਤੇ ਆਉਣ ਵਾਲੇ ਸਤਿਗੁਰੂ ਦੇ ਆਦੇਸ਼ਾਂ ਅਨੁਸਾਰ ਨਿਸ਼ਕਾਮ ਭਾਵ ਦੇ ਨਾਲ ਸਦਾ ਆਪਣੀਆਂ ਸੇਵਾਵਾਂ ਨਿਭਾਉਣ ਦੇ ਲਈ ਤਤਪਰ ਰਹਿੰਦੇ ਸਨ। ਉਹਨਾਂ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਹੋਰਨਾਂ ਲਈ ਪ੍ਰੇਰਨਾਦਾਇਕ ਬਣ ਗਈਆਂ ਅਤੇ ਅਨੇਕਾਂ ਪੀੜ੍ਹੀਆਂ ਤੱਕ ਯਾਦ ਕੀਤੀਆਂ ਜਾਣਗੀਆਂ। ਉਹਨਾਂ ਦੇ ਨਸ਼ਵਰ ਸਰੀਰ ਦਾ ਸੰਸਕਾਰ ਨਿਗਮ ਬੋਧ ਕਾਟ ਦੀ ਸੀਐਨਜੀ ਵਿੱਚ ਕੀਤਾ ਜਾਵੇਗਾ। ਉਹਨਾਂ ਦੇ ਅੰਤਿਮ ਸੰਸਕਾਰ ਦਾ ਸਿੱਧਾ ਪ੍ਰਸਾਰਣ ਮਿਸ਼ਨ ਦੀ ਵੈੱਬਸਾਈਟ ਤੇ ਕੀਤਾ ਗਿਆ।